ਹੈਲੋ ਐਵਰੀਵਨ, ਕਿਵੇਂ ਹੋ ਤੁਸੀਂ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਸਾਰੇ ਠੀਕ ਹਾਂ। ਅਤੇ ਮੈਂ ਸ਼ਸ਼ੀ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨਵੀ ਭਾਵਨਾ ਬਲੌਗ 'ਤੇ। ਮੈਂ ਬੜੇ ਦਿਨਾਂ ਬਾਅਦ ਬਲੌਗ ਬਣਾ ਰਹੀ ਹਾਂ। ਅਤੇ ਆਹ ਦੇਖ ਲਓ, ਮੈਂ ਕੱਲ੍ਹ ਸਿਰ ਧੋਤਾ ਸੀਗਾ ਅਤੇ ਹੁਣ ਤੇਲ ਲਾ ਕੇ ਹਟੀ ਹਾਂ, ਉਸ ਤੋਂ ਬਾਅਦ ਵਾਹੂੰਗੀ। ਪਹਿਲਾਂ ਮੈਂ ਜਾ ਰਹੀ ਹਾਂ ਨਹਾਉਣ, ਅਤੇ ਨਾਲ ਹੀ ਭਾਵਨਾ ਨੂੰ ਲੈ ਜਾਊਂਗੀ, ਅਸੀਂ ਦੋਨੇ ਨਹਾ ਲਾਂਗੇ। ਘਰ ਦਾ ਕੰਮ ਮੈਂ ਸਾਰਾ ਕਰ ਲਿਆ ਫਿਲਹਾਲ, ਸਵੇਰ ਵਾਲਾ ਸਾਰਾ ਪੋਚੇ ਵਗੈਰਾ ਅਤੇ ਝਾੜੂ ਵਗੈਰਾ, ਰੋਟੀ ਸਬਜ਼ੀ ਸਭ ਕੁਛ ਕਰ ਲਿਆ, ਅਤੇ ਹੁਣ ਨਹਾਉਣਾ ਨਹਾਉਣਾ ਰਹਿੰਦਾ ਹੈ। ਅਤੇ ਜਾਨ ਵੀ ਗਈ ਹੋਈ ਆਪਣੀ ਪਿਛਲੇ ਸੰਡੇ ਦੀ ਆਪਣੀ ਮਾਸੀ ਕੋਲ ਛੁੱਟੀਆਂ 'ਚ ਰਹਿਣ ਵਾਸਤੇ ਥੋੜ੍ਹੇ ਦਿਨ ਵਾਸਤੇ। ਅਤੇ ਅੱਜ ਆ ਰਹੀ ਹੈ ਮੇਰੀ ਵੱਡੀ ਨਨਾਣ, ਉਹ ਵੀ ਬਰਨਾਲੇ ਲਾਗੇ ਰਹਿੰਦੀ ਹੈ ਕਿਤੇ, ਅਤੇ ਫਿਰ ਜਾਨ ਵੀ ਉਹਦੇ ਨਾਲ ਆ ਜੂਗੀ। ਅਤੇ ਅੱਜ ਮੇਰੀ ਵੱਡੀ ਨਨਾਣ ਆ ਰਹੀ ਹੈ ਪਲੱਸ ਜਾਨ ਵੀ ਆ ਰਹੀ ਹੈ। ਅਤੇ ਹਫ਼ਤੇ ਤੋਂ ਅਸੀਂ ਦੋਨੇ ਸੀਗੀਆਂ ਬਸ, ਮੈਂ ਅਤੇ ਭਾਵਨਾ, ਹੋਰ ਕੋਈ ਨਹੀਂ ਸੀਗਾ। ਅਤੇ ਮਤਲਬ ਹੈਗੇ ਸੀ ਬਾਕੀ ਵੀ, ਬਟ ਬੱਚੇ ਨਹੀਂ ਨਾ ਹੈਗੇ ਸੀਗੇ। ਅਤੇ ਅੱਜ ਜਾਨਵੀ ਵੀ ਆ ਜਾਏਗੀ, ਅਤੇ ਨਨਾਣ ਦੇ ਜਵਾਕ ਵੀ ਆਉਣਗੇ, ਦੇਖੋ ਕੌਣ ਆਉਂਦਾ। ਅਤੇ ਆਹ ਦੇਖ ਲਓ, ਹੈਲੋ ਕਰ ਦਿਓ, ਹੈਲੋ। ਮੈਂ ਬੜੇ ਦਿਨਾਂ ਬਾਅਦ ਮਿਲਿਆ, ਮੈਂ ਬੜੇ ਦਿਨਾਂ ਬਾਅਦ, ਮੈਂ ਕੀ ਕਰਨ ਚੱਲਿਆ ਵਾਂ? ਨਹਾਈ ਕਰਨ ਚੱਲਿਆ ਵਾਂ, ਨਹਾਈ ਕਰਨ ਚੱਲਿਆ ਅਤੇ ਇਕੱਲਾ ਰਹਿ ਗਿਆ, ਹੈ ਨਾ। ਜਾਨਵੀ ਬਾਕੀ ਹਫ਼ਤਾ ਹੋ ਗਿਆ ਜਾਨਵੀ ਨੂੰ ਕਈ ਨੂੰ, ਇਕੱਲਾ ਰਹਿ ਗਿਆ ਮੇਰਾ ਪੁੱਤਰ। ਹਾਂ ਉਹ ਦੇਖੋ, ਉਹਦੇ ਹੈਲੋ ਕਰਦਾ ਮੇਰਾ ਪੁੱਤ। ਨਹਾਈ ਕਰਕੇ ਆਈਏ ਆਪਾਂ, ਆਏ 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 ਆਏ, ਨਹਾਈ ਕਰਕੇ ਆਉਂਦੇ। ਚਲੋ ਨਾ ਆਉਂਦੇ, ਹੈਂ ਚਲੀਏ, ਚਲੋ ਚਲੋ ਚਲੀਏ ਨਾ, ਚਲੋ ਚਲੋ ਬਾਥਰੂਮ 'ਚ। ਕਿੱਥੇ ਬਾਥਰੂਮ? ਜਾਓ ਜਾਓ ਬਾਥਰੂਮ 'ਚ ਜਾਓ, ਵਗ ਜਾਓ, ਛਾਂ 'ਚ ਹੋ ਕੇ ਵਗ ਜਾਓ। ਵੜ ਜਾਓਗੇ ਬਾਥਰੂਮ 'ਚ, ਆਪੇ ਵੜ ਜਾਓਗੇ। ਹਾਂ ਹੈਲੋ ਜੀ, ਇਹਨੂੰ ਪਤਾ ਹੈ ਵੀ ਬਾਥਰੂਮ ਕਿੱਥੇ ਆ, ਅਤੇ ਆਪੇ ਆ ਗਈ ਹੈ ਨਹਾਉਣ ਵਾਸਤੇ। ਮੈਂ ਵੀ ਆਵਾਂ, ਆਪਾਂ ਲਏ ਹਾਂ ਨਹਾ ਧੋ, ਅਤੇ ਆਪਾਂ ਭਾਵਨਾ ਨੂੰ ਵੀ ਨਹਾਤਾ ਵਾ। ਉਹ ਦੇਖ ਲਓ ਕਿਵੇਂ ਰੋਣ ਲੱਗ ਰਹੀ ਆ, ਕੀ ਹੋ ਗਿਆ ਕੀ ਹੋ ਗਿਆ? ਖੜੇ ਹੋ ਲਓ, ਆ ਚੱਲੀਏ, ਆ ਚੱਲੀਏ ਆਪਾਂ, ਆ ਲਓ। ਉਹ ਦੇਖ, ਆ ਲਓ ਜੀ ਫਰੈਂਡ, ਆਪਾਂ ਲੈ ਲਿਆ ਭਾਵਨਾ ਨੂੰ ਆਪਣੀ ਗੋਦੀ 'ਚ, ਕਿਉਂਕਿ ਰੋਣ ਲੱਗ ਰਹੀ ਹੈ। ਵੈਸੇ ਤਾਂ ਨਹਾ ਕੇ ਸੋ ਜਾਂਦੀ ਹੈ ਨਾਲ ਦੀ ਨਾਲ ਦੁੱਧ ਪੀ ਕੇ, ਅਤੇ ਅੱਜ ਸੋਈ ਨਹੀਂ ਹੈਗੀ, ਇਸ ਕਰਕੇ ਰੋ ਰਹੀ ਹੈ। ਅਤੇ ਚਲੋ ਆਪਾਂ ਹੁਣ ਲੈ ਕੇ ਆਉਂਦੇ ਹਾਂ ਕੁਛ ਖਾਣ ਪੀਣ ਵਾਸਤੇ ਉਹਨਾਂ ਵਾਸਤੇ, ਠੰਡਾ ਵਗੈਰਾ, ਅਤੇ ਆ ਕੇ ਫਿਰ ਸਬਜ਼ੀ ਵਗੈਰਾ ਦੀ ਤਿਆਰੀ ਕਰਾਂਗੇ ਦੁਪਹਿਰ ਦੀ। ਕੀ ਚਾਹੀਦਾ? ਚੱਲ ਚੱਲੀਏ ਚੱਲੀਏ, ਬਾਏ ਕਰ ਦਿਓ, ਬਾਏ। ਆਏ ਆਏ, ਬਾਏ ਕਰਤਾ, ਬਾਏ ਕਰਤਾ, ਆਹ ਕਿਹੜਾ ਬਾਏ ਕਰਨ ਦਾ ਸਟਾਈਲ ਆ ਜੀ। ਫਰੈਂਡਸ ਆਪਾਂ ਲੈ ਆਏ ਸਮਾਨ, ਅਤੇ ਹੁਣ ਆਪਾਂ ਕਰਾਂਗੇ ਸਬਜ਼ੀ ਕਟਿੰਗ। ਜਦੋਂ ਤੱਕ ਆਉਣਗੇ ਚਲੋ ਸਬਜ਼ੀ ਕੱਟ ਕਰਕੇ ਰੱਖ ਲੈਂਦੇ ਹਾਂ, ਫਿਰ ਜਾਨਵੀ ਨੂੰ ਫੜਾ ਕੇ ਪਾਉਣਾ, ਫਿਰ ਆਪਾਂ ਤੜਕਾ ਲਾ ਲਾਂਗੇ। ਆਹ ਦੇਖ ਲਓ ਕੀ ਕਰ ਰਹੀ ਹੈ, ਕੀ ਕਰਦੀ ਹੈ ਨਹੀਂ? ਹਾਏ ਹਾਏ ਹਾਏ, ਤੇਰੀ ਚੀਜ਼ੀ ਖਾ ਲਾ, ਚੀਜ਼ੀ ਖਾ ਲਾ ਤੇਰੀ, ਸਬਜ਼ੀ ਕੱਟਾਂਗੇ ਆਪਾਂ।
ਗੱਲ ਦੱਸਣੀ ਇਹਨੂੰ ਕਿਸ ਮੈਂ ਜਾਣਾ ਅੱਛਾ ਕਹਿੰਦੀ ਮੈਂ ਨਹੀਂ ਮੇਰੀ ਮੰਮਾ ਜਾਊ ਫਿਰ ਚੱਲ ਮੇਰਾ ਮੰਮਾ ਨਹੀਂ ਜਾਂਦਾ ਨਾਲ ਕਹਿੰਦੀ ਸੀ ਆਉਣ ਵਾਸਤੇ ਆਹੋ ਕਹਿੰਦੀ ਸੀ ਕਹਿੰਦੀ ਆਉਣਾ ਅੱਛਾ ਕੱਲ੍ਹ ਪੁੱਛਿਆ ਸੀ ਭਾਵਨਾ ਕੌਣ ਆਇਆ ਭਾਵਨਾ ਕੌਣ ਆਇਆ ਪੁੱਤ ਗਏ ਸੀ ਕੱਲ੍ਹ ਬਾਜ਼ਾਰ ਅਤੇ ਬਾਜ਼ਾਰ ਦੀ ਵੀਡੀਓ ਅਸੀਂ ਬਣਾਉਣਾ ਭੁੱਲ ਗਏ ਅਤੇ ਚਲੋ ਮੈਂ ਦਿਖਾਉਂਦੀ ਹਾਂ ਅਸੀਂ ਤੁਹਾਨੂੰ ਕੀ ਲੈ ਕੇ ਆਏ ਹਾਂ ਆਹ ਲੈ ਕੇ ਆਏ ਹਾਂ ਅਸੀਂ ਸੁਰਪ੍ਰੀਤ ਵਾਸਤੇ ਕੱਪੜੇ ਅਤੇ ਆਹ ਇੱਕ ਜੋੜਾ ਜਸਕਰਨ ਦਾ ਅਤੇ ਇੱਕ ਜੋੜਾ ਹੋਰ ਜਸਕਰਨ ਦਾ ਲੋਅਰ ਟੀ ਸ਼ਰਟ ਦਾ ਕਿਉਂਕਿ ਗਰਮੀਆਂ ਆ ਰਹੀਆਂ ਨੇ ਨਾ ਇਸ ਕਰਕੇ ਲੋਅਰ ਟੀ ਸ਼ਰਟ ਫਿਰ ਗਰਮੀਆਂ ਕਰਕੇ ਪਾਏ ਜਾਂਦੇ ਨੇ ਦੋ ਡਰੈੱਸਾਂ ਹੈਗੀਆਂ ਨੇ ਜਸਕਰਨ ਦੀਆਂ ਜਾਨਵੀ ਦੀ ਭੂਆ ਦੇ ਮੁੰਡੇ ਦੀਆਂ ਅਤੇ ਇੱਕ ਹੈਗੀ ਸੁਰਪ੍ਰੀਤ ਦੀ ਉਹਦੀ ਭੂਆ ਦੀ ਕੁੜੀ ਦੀ ਅਤੇ ਆਹ ਲੈ ਕੇ ਆਇਆ ਜਸਕਰਨ ਆਪਣੇ ਵਾਸਤੇ ਸ਼ੂਜ ਸ਼ੂਜ ਲੈ ਕੇ ਆਇਆ ਵਾ ਅਤੇ ਹੋਰ ਉਹ ਖਾ ਕੇ ਆਏ ਨੇ ਗੋਲ ਗੱਪੇ ਵਗੈਰਾ ਕੁਲਫੀ ਵਗੈਰਾ ਖਾ ਕੇ ਆਏ ਨੇ ਜੋ ਕਿ ਅਸੀਂ ਕੱਲ੍ਹ ਬਲੌਗ ਹੀ ਨਹੀਂ ਬਣਾਇਆ ਹੈਗਾ ਭੁੱਲ ਗਏ ਅਸੀਂ ਬਲੌਗ ਬਣਾਉਣਾ ਮਾਰਕੀਟ ਵਾਲਾ ਅਤੇ ਉਹ ਬਣਾ ਨਹੀਂ ਪਾਏ ਹੈਗੇ ਅਸੀਂ ਕਰਕੇ ਚਲੋ ਅੱਜ ਫੇਰ ਕਰਾਂਗੇ ਅਤੇ ਇੱਧਰ ਕਰ ਰਹੇ ਨੇ ਅਤੇ ਡੈਡੀ ਗੰਢੇ ਸਾਫ਼ ਕੱਲ੍ਹ ਗੰਢੇ ਲੈ ਕੇ ਆਏ ਨੇ ਅੱਜ ਕੱਲ੍ਹ ਗੰਢੇ ਬਹੁਤ ਮਹਿੰਗੇ ਹੋ ਗਏ ਨੇ ਹਾਂਜੀ ਫਰੈਂਡਸ ਇੱਥੇ ਜਾਨਵੀ ਦਿਖਾ ਰਹੀ ਹੈ ਤੁਹਾਨੂੰ ਚੋਕਲੇਟ ਜੋ ਕਿ ਇਹਦੀ ਭੂਆ ਲੈ ਕੇ ਆਈ ਹੈ ਅਤੇ ਉਹਨਾਂ ਨੂੰ ਮਿਲੀ ਹੈ ਫੋਰਨ ਤੋਂ ਉਹਨਾਂ ਦੇ ਰਿਸ਼ਤੇਦਾਰ ਲੈ ਕੇ ਆਏ ਨੇ ਅਤੇ ਉਹਨਾਂ ਫੋਰਨ ਤੋਂ ਲੈ ਕੇ ਆਏ ਨੇ
ਅਤੇ ਉਹ ਦਿਖਾ ਰਹੀ ਹੈ ਫੋਰਨ ਦੀਆਂ ਚੋਕਲੇਟਾਂ ਜੋ ਕਿ ਅਸੀਂ ਪਹਿਲੀ ਵਾਰ ਖਾ ਰਹੇ ਹਾਂ, ਅਤੇ ਵਾਹਵਾ ਲੈ ਕੇ ਆਏ ਸੀ ਉਹ, ਇਸ ਕਰਕੇ ਉਹ ਇੱਥੇ ਵੀ ਲੈ ਆਈ ਤਾਂ ਕਿ ਵੀ ਜਾਨਵੀ ਵਗੈਰਾ ਖਾ ਲਏ, ਅਤੇ ਟੇਸਟੀ ਸੀ, ਅੱਛੀਆਂ ਸੀਗੀਆਂ, ਵਧੀਆ ਸੀਗੀਆਂ। ਹਾਂਜੀ ਫਰੈਂਡ, ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਧੰਨਵਾਦ, ਬਾਏ ਬਾਏ।